ਕਿਸਾਨ ਵੀਰਾਂ ਅਤੇ ਬੀਬੀਆਂ ਦਾ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਬਹੁਤ ਬਹੁਤ ਸਵਾਗਤ। ਕਿਸਾਨ ਵੀਰੋ ਅਤੇ ਬੀਬੀਓ, ਤੁਹਾਨੂੰ ਪਤਾ ਕਿ ਆਪਣੀਆਂ ਫਸਲਾਂ ਦੇ ਝਾੜ ਇਸ ਸਥਿਤੀ ਤੱਕ ਪਹੁੰਚ ਚੁੱਕੇ ਨੇ ਕਿ ਹੁਣ ਬਾਹਲਾ ਵਧਣ ਦੀ ਉਮੀਦ ਨਹੀਂ ਆ, ਅਤੇ ਸਾਡੇ ਜਿਹੜੇ ਖੇਤੀ ਖਰਚ ਆ ਉਹ ਅਸੀਂ ਬਹੁਤ ਜ਼ਿਆਦਾ ਵਧਾ ਲਏ ਹੋਏ ਨੇ। ਇਹਦੇ ਕਰਕੇ ਜ਼ਰੂਰੀ ਆ ਕਿ ਅਸੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਕਿੱਤਿਆਂ ਨੂੰ ਅਪਣਾਈਏ, ਅਤੇ ਹੁਣ ਅਸੀਂ ਅੱਜ ਇਸੇ ਵਿਸ਼ੇ ਦੇ ਵਿੱਚ ਗੱਲ ਕਰਾਂਗੇ ਕਿ ਸਹਾਇਕ ਕਿੱਤਿਆਂ ਦੇ ਵਿੱਚ ਪੇਂਡੂ ਬੀਬੀਆਂ ਕਿਵੇਂ ਯੋਗਦਾਨ ਪਾ ਸਕਦੀਆਂ। ਇਸੇ ਵਿਸ਼ੇ 'ਤੇ ਗੱਲ ਕਰਨ ਵਾਸਤੇ ਸਾਡੇ ਵਿਚਕਾਰ ਮਾਹਰ ਡਾਕਟਰ ਪਰਮਿੰਦਰ ਕੌਰ ਪਹੁੰਚ ਚੁੱਕੇ ਨੇ, ਜੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵਿਖੇ ਬਤੌਰ ਪ੍ਰੋਫੈਸਰ ਗ੍ਰਹਿ ਵਿਗਿਆਨ ਦੀ ਸੇਵਾ ਨਿਭਾ ਰਹੇ ਨੇ। ਬਹੁਤ ਬਹੁਤ ਜੀ ਆਏ ਹਾਂ ਡਾਕਟਰ ਸਾਹਿਬ। ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਸਹਾਇਕ ਕਿੱਤਿਆਂ ਦੇ ਵਿੱਚ ਬੀਬੀਆਂ ਦਾ ਯੋਗਦਾਨ ਕਿਉਂ ਜ਼ਰੂਰੀ ਆ? ਡਾਕਟਰ ਅਰਸ਼ਦੀਪ, ਆਪਾਂ ਸਾਰੇ ਜਾਣਦੇ ਹਾਂ ਕਿ ਪੇਂਡੂ ਪਰਿਵਾਰਾਂ ਦੀਆਂ ਜਿਹੜੀਆਂ ਅੱਜ ਕੱਲ੍ਹ ਮੌਜੂਦਾ ਸਮੱਸਿਆਵਾਂ ਨੇ, ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਜੇ ਆਪਾਂ ਝਾਤ ਮਾਰੀਏ ਤਾਂ ਲਗਾਤਾਰ ਘੱਟ ਰਹੀਆਂ ਜ਼ਮੀਨਾਂ, ਉਸ ਤੋਂ ਇਲਾਵਾ ਪੇਂਡੂ ਪਰਿਵਾਰਾਂ ਦੇ ਉੱਪਰ ਵੱਧ ਰਿਹਾ ਕਰਜ਼ੇ ਦਾ ਬੋਝ, ਵੱਧ ਰਹੇ ਖੇਤੀ ਖਰਚੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਪੇਂਡੂ ਅਰਥਚਾਰੇ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ। ਅੱਜ ਤੋਂ ਕੁਝ ਦਹਾਕੇ ਪਹਿਲਾਂ ਵੱਲ ਜੇ ਆਪਾਂ ਝਾਤ ਮਾਰੀਏ ਤਾਂ ਇੱਕ ਜਣਾ ਕਮਾਉਂਦਾ ਸੀ ਅਤੇ ਬਾਕੀ ਸਾਰੇ ਜੀਵ ਖਾਂਦੇ ਸਨ ਅਤੇ ਵਧੀਆ ਗੁਜ਼ਾਰਾ ਚੱਲਦਾ ਸੀ। ਪਰ ਹੁਣ ਸਮੇਂ ਦੀ ਲੋੜ ਹੈ ਕਿ ਜੇ ਅਸੀਂ ਆਪਣੇ ਪਰਿਵਾਰ ਨੂੰ ਇਸ ਆਰਥਿਕ ਤੰਗੀ ਦੀ ਹਾਲਤ ਦੇ ਵਿੱਚੋਂ ਕੱਢਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਪਰਿਵਾਰ ਦੇ ਸਾਰੇ ਜੀ ਜਿੰਨੇ ਵੀ ਹੈ, ਚਾਹੇ ਉਹ ਨੌਜਵਾਨ ਬੱਚੇ ਨੇ, ਚਾਹੇ ਉਹ ਔਰਤਾਂ ਨੇ, ਜਾਂ ਹੋਰ ਕੋਈ ਵੀ ਜਿੰਨੇ ਮੈਂਬਰ ਨੇ, ਸਾਰੇ ਆਪੋ ਆਪਣੀ ਸਮਰੱਥਾ ਮੁਤਾਬਕ ਆਮਦਨ ਦੇ ਵਿੱਚ ਹਿੱਸਾ ਪਾਈਏ। ਸੋ ਸਮੇਂ ਦੀ ਲੋੜ ਹੈ ਕਿ ਅਸੀਂ ਖੇਤੀਬਾੜੀ ਦੇ ਨਾਲ ਨਾਲ ਕੁਝ ਅਜਿਹੇ ਸਹਾਇਕ ਕਿੱਤੇ ਅਪਣਾ ਲਈਏ ਜਿਹਦੇ ਵਿੱਚ ਕਿ ਔਰਤਾਂ ਬਹੁਤ ਵਧੀਆ ਯੋਗਦਾਨ ਪਾ ਸਕਦੀਆਂ ਨੇ ਅਤੇ ਆਮਦਨ ਦੇ ਵਿੱਚ ਵਾਧਾ ਕਰ ਸਕਦੀਆਂ ਨੇ ਅਤੇ ਪਰਿਵਾਰ ਦੀ ਜਿਹੜੀ ਆਰਥਿਕ ਸਥਿਤੀ ਹੈ ਉਸ ਨੂੰ ਮਜ਼ਬੂਤ ਕਰ ਸਕਦੀਆਂ ਨੇ। ਔਰਤਾਂ ਕੋਲ ਜਿਵੇਂ ਘਰ ਦਾ ਕੰਮਕਾਜ ਤੋਂ ਬਾਅਦ ਬਹੁਤ ਸਾਰਾ ਇਹੋ ਜਿਹਾ ਵਿਹਲਾ ਸਮਾਂ ਹੁੰਦਾ ਜਿਹਨੂੰ ਜੇਕਰ ਉਹ ਥੋੜ੍ਹੇ ਬਹੁਤ ਸੂਝਬੂਝ ਦੇ ਨਾਲ ਵਰਤਣ ਤਾਂ ਉਹਨੂੰ ਵਰਤ ਕੇ ਉਹ ਨਾ ਸਿਰਫ ਆਪਣੇ ਵਿਹਲੇ ਸਮੇਂ ਦਾ ਸਦਉਪਯੋਗ ਕਰ ਸਕਦੀਆਂ ਸਗੋਂ ਆਪਣੀ ਆਮਦਨ ਦੇ ਵਿੱਚ ਵਾਧਾ ਵੀ ਕਰ ਸਕਦੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਅੱਜ ਕੱਲ੍ਹ ਹਰ ਵਿਸ਼ੇ ਦੇ ਵਿੱਚ, ਹਰ ਖੇਤਰ ਦੇ ਵਿੱਚ ਔਰਤਾਂ ਆਪਦੀ ਭੂਮਿਕਾ ਨਿਭਾ ਰਹੀਆਂ ਨੇ। ਉਸੇ ਤਰੀਕੇ ਅਸੀਂ ਆਸ ਕਰਦੇ ਹਾਂ ਕਿ ਖੇਤੀਬਾੜੀ ਦੇ ਵਿੱਚ ਵੀ ਉਹ ਮਰਦ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਆਪਦਾ ਯੋਗਦਾਨ ਪਾਉਣਗੀਆਂ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ, ਸਾਡੀਆਂ ਬੀਬੀਆਂ ਨੂੰ ਇਹ ਦੱਸੋ ਕਿ ਕਿਹੜੇ ਕਿਹੜੇ ਸਹਾਇਕ ਕਿੱਤੇ ਨੇ ਜਿਹੜੇ ਉਹ ਅਪਣਾ ਸਕਦੀਆਂ ਨੇ? ਹਾਂਜੀ ਬਿਲਕੁਲ, ਖੇਤੀਬਾੜੀ ਦੇ ਧੰਦੇ ਦੇ ਨਾਲ ਨਾਲ ਬਹੁਤ ਸਾਰੇ ਇਹੋ ਜਿਹੇ ਕਿੱਤੇ ਨੇ ਜਿਹੜੇ ਕਿ ਔਰਤਾਂ ਖੇਤੀ ਦੇ ਨਾਲ ਨਾਲ ਅਪਣਾ ਸਕਦੀਆਂ ਨੇ ਅਤੇ ਉਹਦੇ ਵਿੱਚ ਆਪਣਾ ਬਹੁਤ ਵਧੀਆ ਯੋਗਦਾਨ ਪਾ ਸਕਦੀਆਂ ਨੇ। ਜੇਕਰ ਆਪਾਂ ਸਹਾਇਕ ਕਿੱਤਿਆਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਇਹਨਾਂ ਕਿੱਤਿਆਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਤਾਂ ਉਹ ਪਰਿਵਾਰ ਜਿਹੜੇ ਕਿ ਖੇਤੀਬਾੜੀ ਕਰਦੇ ਆ ਅਤੇ ਖੇਤੀਬਾੜੀ ਦੇ ਨਾਲ ਨਾਲ ਅਸੀਂ ਕਿਹੜੇ ਸਹਾਇਕ ਕਿੱਤੇ ਆ ਜਿਹੜੇ ਅਪਣਾ ਸਕਦੇ ਹਾਂ। ਦੂਸਰਾ ਹੈ ਕਿ ਕੁਝ ਸਾਡੇ ਪਿੰਡਾਂ ਦੇ ਵਿੱਚ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਕੋਲ ਬੇਜ਼ਮੀਨੇ ਪਰਿਵਾਰ, ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਜਿਨ੍ਹਾਂ ਕੋਲ ਜ਼ਮੀਨ ਹੈ ਨਹੀਂ ਗੀ, ਉਹਨਾਂ ਲਈ ਵੀ ਬਹੁਤ ਸਾਰੇ ਧੰਦੇ ਆ ਜਿਹੜੇ ਕਿ ਆਪਾਂ ਔਰਤਾਂ ਕਰਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੀਆਂ ਨੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੇ ਕਿ ਖੇਤੀਬਾੜੀ ਦੇ ਨਾਲ ਨਾਲ ਕਿਹੜੇ ਕਿੱਤੇ ਨੇ ਜਿਹੜੇ ਕਿ ਕਰ ਸਕਦੇ ਆ। ਸੋ ਇਹਦੇ ਲਈ ਸਭ ਤੋਂ ਪਹਿਲਾਂ ਹੈਗਾ ਜਿਵੇਂ ਕਿ ਪਸ਼ੂ ਪਾਲਣ ਦਾ ਕਿੱਤਾ, ਘਰ ਦੇ ਵਿੱਚ ਥੋੜ੍ਹੇ ਜਿਹੇ ਪਸ਼ੂ ਔਰਤਾਂ ਰੱਖਣ, ਉਹਦੇ ਨਾਲ ਨਾ ਸਿਰਫ ਘਰੇਲੂ ਲੋੜਾਂ ਪੂਰੀਆਂ ਹੁੰਦੀਆਂ ਨੇ, ਦੁੱਧ, ਦਹੀਂ, ਮੱਖਣ, ਲੱਸੀ, ਇਸ ਤੋਂ ਇਲਾਵਾ ਉਹਨੂੰ ਨਾਲ ਥੋੜ੍ਹਾ ਜਿਹਾ ਉਸਨੂੰ ਜੇ ਉਹ ਕਿੱਤਾ ਮੁਖੀ ਸਿਖਲਾਈ ਲੈ ਕੇ ਤਾਂ ਉਹਨੂੰ ਅਪਣਾ ਸਕਦੀਆਂ ਨੇ ਅਤੇ ਦੁੱਧ, ਦਹੀਂ, ਵਗੈਰਾ ਦੀ ਜਿਹੜੀ ਸੇਲ ਵੀ ਕਰ ਸਕਦੀਆਂ ਨੇ ਅਤੇ ਇਹਦੇ ਨਾਲ ਇੱਕ ਆਮਦਨ ਦਾ ਜ਼ਰੀਆ ਵੀ ਬਣ ਜਾਂਦਾ ਅਤੇ ਨਾਲ ਹੀ ਜਿਹੜਾ ਦੁੱਧ, ਦਹੀਂ ਅਤੇ ਆਉਣ ਵਾਲਾ ਖਰਚਾ ਉਹ ਵੀ ਘਰੇਲੂ ਲੋੜਾਂ ਦੀ ਪੂਰਤੀ ਵੀ ਪਸ਼ੂ ਪਾਲਣ ਦੇ ਧੰਦੇ ਰਾਹੀਂ ਹੋ ਸਕਦੀ ਹੈ। ਇਸ ਤੋਂ ਬਾਅਦ ਹੈਗਾ ਜਿਹੜਾ ਜਿਵੇਂ ਮਧੂ ਮੱਖੀ ਪਾਲਣ ਦਾ ਕਿੱਤਾ, ਉਹ ਵੀ ਬਹੁਤ ਸੌਖਾ ਹੈ ਅਤੇ ਇਹ ਔਰਤਾਂ ਆਰਾਮ ਦੇ ਨਾਲ ਇਹ ਕਿੱਤਾ ਵੀ ਅਪਣਾ ਸਕਦੀਆਂ ਨੇ। ਇਹਦੇ ਨਾਲ ਉਹ ਸ਼ਹਿਦ ਘਰੇਲੂ ਵਰਤੋਂ ਵਾਸਤੇ ਵੀ ਪੈਦਾ ਕਰ ਸਕਦੀਆਂ, ਨਾਲ ਦੀ ਨਾਲ ਇਸ ਨੂੰ ਸੇਲ ਵੀ ਕਰ ਸਕਦੀਆਂ ਨੇ। ਸੋ ਇਹ ਜਿਹੜੇ ਡੱਬੇ ਹੈ ਜਿਹੜੇ ਆਪਣੇ ਖੇਤਾਂ ਵਿੱਚ ਹੀ ਕੁਝ ਇਸ ਤਰ੍ਹਾਂ ਦੀ ਫਸਲਾਂ ਦੀ ਬਿਉਂਤਬੰਦੀ ਕਰਕੇ ਉੱਥੇ ਹੀ ਕੁਝ ਬਕਸੇ ਰੱਖ ਕੇ ਅਤੇ ਉਹ ਬਹੁਤ ਵਧੀਆ ਇਹ ਮਧੂ ਮੱਖੀ ਦਾ ਕਿੱਤਾ ਵੀ ਅਪਣਾ ਸਕਦੀਆਂ ਨੇ। ਇਸ ਤੋਂ ਇਲਾਵਾ
ਇਲਾਵਾ ਖੁੰਬਾਂ ਦੀ ਖੇਤੀ ਹੈ ਜਿਹੜੀ ਕਿ ਇੱਕ ਕਮਰੇ ਦੇ ਵਿੱਚ ਰੱਖ ਕੇ ਕੀਤੀ ਜਾ ਸਕਦੀ ਹੈ ਅਤੇ ਸਾਲ ਦੇ ਵਿੱਚ ਦੋ ਵਾਰੀ ਇਹ ਗਰਮ ਰੁੱਤ ਦੀਆਂ ਵੀ ਅਤੇ ਸਰਦ ਰੁੱਤ ਦੀਆਂ ਵੀ ਖੁੰਬਾਂ ਪੈਦਾ ਕਰਕੇ ਵੀ ਔਰਤਾਂ ਆਪਣਾ ਪੈਸੇ ਕਮਾ ਸਕਦੀਆਂ ਨੇ। ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਜਿਵੇਂ ਗੰਡੋਇਆਂ ਦੀ ਖਾਦ ਹੈ, ਇਹਦਾ ਵੀ ਬਹੁਤ ਵਧੀਆ ਕਿੱਤਾ ਜਿਹੜਾ ਕਿ ਔਰਤਾਂ ਅਪਣਾ ਸਕਦੀਆਂ ਨੇ। ਇਹ ਸਾਰੇ ਕਿੱਤੇ ਜਿਹੜੇ ਉਹ ਖੇਤੀਬਾੜੀ ਦੇ ਕਿੱਤੇ ਦੇ ਨਾਲ ਨਾਲ ਹੀ ਥੋੜ੍ਹਾ ਜਿਹਾ ਆਪਣਾ ਵਿੱਚ ਹਿੱਸਾ ਪਾ ਕੇ ਅਤੇ ਇਹ ਅਪਣਾ ਸਕਦੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਜਿਹੜਾ ਆਪਣਾ ਡੇਅਰੀ ਦਾ ਧੰਦਾ ਜਾਂ ਫਿਰ ਮੱਖੀਆਂ ਦਾ ਧੰਦਾ ਹੈ, ਇਹਦੇ ਵਿੱਚ ਬੀਬੀਆਂ ਦਾ ਕਾਫੀ ਅਹਿਮ ਯੋਗਦਾਨ ਆ। ਉਹ ਪਾ ਰਹੀਆਂ, ਪਹਿਲਾਂ ਹੀ ਬਹੁਤ ਵਧੀਆ ਯੋਗਦਾਨ ਪਾ ਰਹੀਆਂ, ਅਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਤੁਸੀਂ ਜਿਵੇਂ ਦੱਸਿਆ ਗੰਡੋਇਆਂ ਦੀ ਖਾਦ ਜਾਂ ਫਿਰ ਖੁੰਬਾਂ ਦੀ ਖੇਤੀ, ਇਹਨੂੰ ਵੀ ਉਹ ਅਪਣਾ ਕੇ ਆਪਦੇ ਖੇਤੀਬਾੜੀ ਦੇ ਨਾਲ ਨਾਲ ਆਪਦੇ ਘਰ ਦੀ ਆਮਦਨ ਦੇ ਵਿੱਚ ਹਿੱਸਾ ਪਾ ਸਕਦੀਆਂ। ਹੁਣ ਇਹ ਤਾਂ ਆਪਾਂ ਗੱਲ ਕੀਤੀ ਸੀਗੀ ਖੇਤੀਬਾੜੀ ਦੇ ਨਾਲ ਸੰਬੰਧਿਤ ਧੰਦਿਆਂ ਦੀ, ਹੁਣ ਤੁਸੀਂ ਸਾਨੂੰ ਉਹਨਾਂ ਪਰਿਵਾਰਾਂ ਵਾਸਤੇ ਦੱਸੋ ਕਿ ਜਿਹੜੇ ਬੇਜ਼ਮੀਨੇ ਨੇ ਉਹ ਕਿਹੜੇ ਕਿਹੜੇ ਕਿੱਤੇ ਅਪਣਾ ਸਕਦੇ ਨੇ। ਹਾਂਜੀ ਬਿਲਕੁਲ, ਇਹ ਜਿਹੜੇ ਕਿੱਤੇ ਹੁਣ ਮੈਂ ਦੱਸਣ ਜਾਵਾਂਗੀ, ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਕੋਲ ਜ਼ਮੀਨ, ਜਿਹੜੇ ਜ਼ਮੀਨ ਹੈਗੀ ਵੀ ਉਹ ਵੀ ਇਹ ਔਰਤਾਂ ਅਪਣਾ ਸਕਦੀਆਂ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਸਾਡੀਆਂ ਔਰਤਾਂ ਨੂੰ ਸ਼ੁਰੂ ਤੋਂ ਹੀ ਜਦੋਂ ਇੱਕ ਔਰਤ ਦਾ ਜਨਮ ਹੁੰਦਾ ਅਤੇ ਉਹਨੂੰ ਜਦੋਂ ਪਾਲਿਆ ਜਾਂਦਾ ਤਾਂ ਉਹਨੂੰ ਘਰੇਲੂ ਕਿੱਤਿਆਂ ਬਾਰੇ ਜਾਣਕਾਰੀ ਪੀੜ੍ਹੀ ਦਰ ਪੀੜ੍ਹੀ ਮਿਲਦੀ ਰਹਿੰਦੀ ਹੈ, ਜਿਵੇਂ ਕਿ ਸਿਲਾਈ, ਕਢਾਈ, ਬੁਣਾਈ, ਅਚਾਰ, ਚਟਣੀਆਂ, ਕੁਕਿੰਗ, ਜਿਹੜੀ ਇਸ ਤਰ੍ਹਾਂ ਦੀ ਸਿਖਲਾਈ ਉਹਦੇ ਕੋਲ ਪਹਿਲਾਂ ਹੀ ਹੁੰਦੀ ਹੈ ਅਤੇ ਘਰੇਲੂ ਔਰਤਾਂ ਉਹ ਘਰ ਦੇ ਕੰਮਕਾਜ ਦੇ ਵਿੱਚ ਵੀ ਆਪਣਾ ਇਹ ਹੁਨਰ ਵਰਤਦੀਆਂ ਨੇ। ਸੋ ਇਸੇ ਹੁਨਰ ਨੂੰ ਉਹ ਕਿੱਤੇ ਦੇ ਤੌਰ 'ਤੇ ਅਪਣਾ ਕੇ ਅਤੇ ਉਹਨੂੰ ਇੱਕ ਆਮਦਨ ਦਾ ਸਰੋਤ ਬਣਾ ਸਕਦੀਆਂ ਨੇ। ਜਿਵੇਂ ਕਿ ਕੱਪੜਿਆਂ ਦੀ ਸਿਲਾਈ ਹੈ, ਕੱਪੜੇ ਦੀ ਕਟਾਈ ਹੈ, ਇਸ ਤੋਂ ਇਲਾਵਾ ਦੁਪੱਟੇ ਰੰਗਣ ਦਾ ਕੰਮ ਹੈ ਜਾਂ ਫਿਰ ਦਰੀਆਂ ਖੇਸ ਬੁਣਨ ਦਾ ਕੰਮ ਹੈ, ਇਸ ਤੋਂ ਇਲਾਵਾ ਜਿਹੜੇ ਨਰਮ ਖਿਡੌਣੇ ਬਣਾਉਣ ਦਾ ਕੰਮ ਹੈ, ਇਸ ਤਰ੍ਹਾਂ ਦਾ ਕੰਮ ਵੀ ਉਹ ਕਰ ਸਕਦੀਆਂ ਨੇ। ਫਿਰ ਸਰਫ, ਸਾਬਣ, ਫਨੈਲ, ਇਸ ਤਰ੍ਹਾਂ ਦੇ ਜਿਹੜੇ ਛੋਟੇ ਛੋਟੇ ਲਘੂ ਉਦਯੋਗ ਹੈ, ਕਿੱਤੇ ਆ, ਇਹ ਉਹ ਘਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਹੁਤੀ ਲਾਗਤ ਵੀ ਨਹੀਂ ਆਉਂਦੀ ਅਤੇ ਉਹ ਆਪਣੇ ਘਰ ਦੇ ਕੰਮਕਾਜ ਤੋਂ ਵਿਹਲੇ ਹੋ ਕੇ ਅਤੇ ਇਹ ਕਿੱਤੇ ਅਪਣਾ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੀਆਂ ਨੇ। ਬਹੁਤ ਸਾਰੇ ਆ ਜਿਵੇਂ ਕਿ ਅਚਾਰ, ਚਟਣੀਆਂ, ਸਕੈਸ਼, ਮੁਰੱਬੇ ਵਗੈਰਾ, ਜਿਹੜੇ ਸਾਡੇ ਕਿਸਾਨ ਵੀਰ ਜਿਹੜੀ ਵੀ ਫਸਲ ਆਪਦੇ ਖੇਤਾਂ ਦੇ ਵਿੱਚ ਪੈਦਾ ਕਰਦੇ ਨੇ ਉਹਨੂੰ ਜੇ ਉਹਦੀ ਗੁਣਵੱਤਾ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਕਰਕੇ ਔਰਤਾਂ ਉਸਨੂੰ ਸੇਲ ਕਰਨ ਤਾਂ ਉਹ ਆਪਾਂ ਉਹਨੂੰ ਜਿਹੜਾ ਉਹਦੇ ਵਿੱਚ ਹੀ ਨਾਲੇ ਤਾਂ ਉਹ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਕਿ ਉਹ ਉਹਨਾਂ ਦੀ ਮਦਦ ਵੀ ਕਰ ਦਿੰਦੀਆਂ ਨੇ ਅਤੇ ਨਾਲੇ ਉਹਨਾਂ ਨੂੰ ਆਪਣੇ ਉਤਪਾਦ ਦਾ ਜਿਹੜਾ ਵੱਧ ਮੁੱਲ ਵੀ ਮਿਲ ਜਾਂਦਾ। ਬਹੁਤ ਵਧੀਆ ਤੁਸੀਂ ਦੱਸਿਆ ਕਿ ਕਿਹੜੇ ਕਿਹੜੇ ਕਿੱਤੇ ਆਪਣੀਆਂ ਕਿਸਾਨ ਬੀਬੀਆਂ ਅਪਣਾ ਸਕਦੀਆਂ ਨੇ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਤਾਂ ਬੀਬੀਆਂ ਸਾਡਾ ਪ੍ਰੋਗਰਾਮ ਦੇਖ ਰਹੀਆਂ ਉਹਨਾਂ ਨੂੰ ਤਾਂ ਤੁਹਾਡੇ ਤੋਂ ਪਤਾ ਲੱਗ ਗਿਆ ਕਿਹੜੇ ਕਿਹੜੇ ਕਿੱਤੇ ਨੇ, ਜੇ ਹੋਰ ਬੀਬੀਆਂ ਜਿਨ੍ਹਾਂ ਨੇ ਬਾਅਦ ਦੇ ਵਿੱਚ ਇਹਨਾਂ ਦੇ ਬਾਰੇ ਪਤਾ ਕਰਨਾ ਹੋਵੇ ਕਿ ਕਿਹੜੇ ਕਿਹੜੇ ਕਿੱਤੇ ਆ, ਕਿਹੜੇ ਕਿਹੜੇ ਉਹ ਅਪਣਾ ਸਕਦੀਆਂ, ਅਤੇ ਇਹਨਾਂ ਦੀ ਉਹਨਾਂ ਨੂੰ ਪੂਰੀ ਜਾਣਕਾਰੀ ਕਿੱਥੋਂ ਹਾਸਲ ਹੋਊਗੀ, ਕਿਹੜੇ ਥਾਵਾਂ ਤੋਂ ਉਹਨਾਂ ਨੂੰ ਇਸ ਦੇ ਸੰਬੰਧੀ ਜਾਣਕਾਰੀ ਮਿਲ ਸਕਦੀ ਆ? ਬਿਲਕੁਲ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬੀਬੀਆਂ ਨੇ ਸਭ ਨੇ ਸੁਣਿਆ ਹੋਣਾ। ਸੋ ਯੂਨੀਵਰਸਿਟੀ ਵੱਲੋਂ ਹਮੇਸ਼ਾ ਹੀ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਪੇਂਡੂ ਪਰਿਵਾਰਾਂ ਦਾ ਜਿਹੜਾ ਜੀਵਨ ਪੱਧਰ ਆ ਉਸ ਨੂੰ ਵੱਧ ਤੋਂ ਵੱਧ ਉੱਚਾ ਕੀਤਾ ਜਾ ਸਕੇ। ਸੋ ਇਸੇ ਮੰਤਵ ਨੂੰ ਪੂਰਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵੀ ਵੱਖ ਵੱਖ ਤਰ੍ਹਾਂ ਦੀਆਂ ਕਿੱਤਾ ਮੁਖੀ ਸਿਖਲਾਈਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਸੋ ਉੱਥੇ ਵੀ ਇਹ ਜਿਹੜੇ ਸਾਡੀਆਂ ਬੀਬੀਆਂ ਨੇ ਜਾ ਕੇ ਕਿੱਤਾ ਮੁਖੀ ਸਿਖਲਾਈ, ਜਿੰਨੇ ਵੀ ਸਹਾਇਕ ਧੰਦੇ ਅੱਜ ਇੱਥੇ ਗੱਲ ਕੀਤੀ ਗਈ ਇਹਨਾਂ ਸਾਰਿਆਂ ਸੰਬੰਧੀ ਉੱਥੇ ਸਿਖਲਾਈ ਦਿੱਤੀ ਜਾਂਦੀ ਹੈ। ਸੋ ਉੱਥੋਂ ਵੀ ਸਿਖਲਾਈ ਪ੍ਰਾਪਤ ਕਰ ਸਕਦੀਆਂ ਨੇ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪੱਧਰ 'ਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਖੋਲ੍ਹੇ ਗਏ ਨੇ ਅਤੇ ਅੱਜ ਵੀ ਆਪਾਂ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਵਿਖੇ ਬੈਠੇ ਹਾਂ। ਸੋ ਕ੍ਰਿਸ਼ੀ ਵਿਗਿਆਨ ਕੇਂਦਰ ਹਰ ਜ਼ਿਲ੍ਹੇ ਦੇ ਵਿੱਚ ਇਹ ਹੈਗਾ ਅਤੇ ਆਪਣੇ ਜ਼ਿਲ੍ਹੇ ਦੇ ਵਿੱਚ ਆ ਕੇ ਵੀ ਉਹ ਇਸ ਤਰ੍ਹਾਂ ਦੀਆਂ ਸਿਖਲਾਈਆਂ ਲੈ ਸਕਦੇ ਆ। ਉੱਥੇ ਖੇਤੀਬਾੜੀ ਨਾਲ ਵੀ ਅਤੇ ਹੋਰ ਜਿੰਨੇ ਵੀ ਜਿਹੜੇ ਕਿੱਤੇ ਨੇ ਉਹਨਾਂ ਨਾਲ ਸੰਬੰਧੀ ਵਿਸ਼ਾ ਮਾਹਰ ਬੈਠੇ ਨੇ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 9 ਵਜੇ ਤੋਂ ਲੈ ਕੇ 5 ਵਜੇ ਤੱਕ ਕਿਸੇ ਵੀ ਸਮੇਂ ਆ ਕੇ ਸਾਡੇ ਕਿਸਾਨ ਵੀਰ ਵੀ ਅਤੇ ਕਿਸਾਨ ਬੀਬੀਆਂ ਵੀ ਜਿਸ ਤਰ੍ਹਾਂ ਦੀ ਵੀ ਉਹ ਜਾਣਕਾਰੀ ਲੈਣਾ ਚਾਹੁੰਦੇ ਨੇ ਆ ਕੇ ਇਹਨਾਂ ਕੇਂਦਰਾਂ 'ਤੇ ਲੈ ਸਕਦੇ ਨੇ ਅਤੇ ਇੱਥੋਂ ਸਿਖਲਾਈ ਵੀ ਪ੍ਰਾਪਤ ਕਰ ਸਕਦੇ ਆ। ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹਾਂਗੀ ਕਿ ਜਿੰਨੀਆਂ ਵੀ ਕਿੱਤਾ ਮੁਖੀ ਸਿਖਲਾਈਆਂ ਅਸੀਂ ਇੱਥੇ ਦਿੰਦੇ ਹਾਂ, ਸੋ ਪੇਂਡੂ ਔਰਤਾਂ ਅਤੇ ਕਿਸਾਨ ਬੀਬੀਆਂ ਨੂੰ ਇਹ ਸਿਖਲਾਈ ਬਿਲਕੁਲ ਫਰੀ ਦਿੱਤੀ ਜਾਂਦੀ ਹੈ ਅਤੇ ਇਹਨਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਂਦੀ। ਸੋ ਇਹ ਜੇ ਜਦੋਂ ਵੀ ਔਰਤਾਂ ਚਾਹੁਣ ਅਤੇ ਉਹ ਇਸ ਤਰ੍ਹਾਂ ਦੀ ਜਿਹੜੀ ਵੀ ਸਿਖਲਾਈ ਹੈ ਉਹ ਸਾਡੇ ਕੋਲ ਆ ਕੇ ਇੱਥੇ ਜਾਣਕਾਰੀ ਲੈ ਸਕਦੀਆਂ ਨੇ ਅਤੇ ਅਸੀਂ ਇਹ ਜਿਹੜੇ ਇਸ ਸੰਬੰਧੀ ਸਿਖਲਾਈ ਸਿਰਫ
ਆਪਣੇ ਕੇਂਦਰ 'ਤੇ ਹੀ ਨਹੀਂ ਦਿੰਦੇ, ਸਗੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵੀ ਇੱਕ ਦਿਨਾਂ ਸਿਖਲਾਈ ਕੋਰਸ ਜਾਂ ਜਿਹੜੇ ਇਸ ਤੋਂ ਇਲਾਵਾ ਜਿਹੜੇ ਅਸੀਂ ਜਾਗਰੂਕਤਾ ਕੈਂਪ ਵਗੈਰਾ ਅਸੀਂ ਪਿੰਡ ਪੱਧਰ 'ਤੇ ਵੀ ਲਗਾਉਂਦੇ ਹਾਂ, ਉੱਥੇ ਜਾ ਵੀ ਉਹਨਾਂ ਨੂੰ ਜਾਣਕਾਰੀ ਮਿਲ ਸਕਦੀ ਹੈ। ਬਹੁਤ ਵਧੀਆ ਦੱਸਿਆ ਤੁਸੀਂ ਡਾਕਟਰ ਸਾਹਿਬ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਕਿਵੇਂ ਪੇਂਡੂ ਔਰਤਾਂ ਦਾ ਮਿਆਰ ਉੱਚਾ ਚੁੱਕਣ ਵਾਸਤੇ ਉਪਰਾਲੇ ਕਰ ਰਿਹਾ। ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨਾਲ ਨਾਲ ਜਿਹੜੀ ਆਪਣੀ ਸਰਕਾਰ ਆ ਉਹ ਕਿਹੜੀਆਂ ਕਿਹੜੀਆਂ ਸਹੂਲਤਾਂ ਬੀਬੀਆਂ ਵਾਸਤੇ ਮੁਹੱਈਆ ਕਰਵਾ ਰਹੀ ਆ ਤਾਂ ਜੋ ਉਹਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾ ਸਕੇ। ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਵੱਲੋਂ ਵੱਖ ਵੱਖ ਸਕੀਮਾਂ ਚਲਾਈਆਂ ਜਾਂਦੀਆਂ ਨੇ ਪੇਂਡੂ ਔਰਤਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ। ਸੋ ਵੱਖ ਵੱਖ ਅਦਾਰੇ ਜਿੰਨੇ ਵੀ ਬੈਂਕ ਨੇ ਜਾਂ ਜਿੰਨੇ ਵੀ ਜਿਹੜੇ ਕਿੱਤਾ ਮੁਖੀ ਸਿਖਲਾਈ ਸੰਸਥਾਵਾਂ ਨੇ ਹਰ ਜਗ੍ਹਾ ਜਿਹੜੀ ਇਹ ਸਿਖਲਾਈ ਦਿੱਤੀ ਜਾਂਦੀ ਹੈ। ਸੋ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਿਰਫ ਸਿਖਲਾਈ ਤੱਕ ਹੀ ਅਸੀਂ ਸੀਮਿਤ ਨਹੀਂ ਹਾਂ, ਇਸ ਤੋਂ ਬਾਅਦ ਵਿੱਚ ਵੀ ਜਦੋਂ ਕੋਈ ਔਰਤ ਆਪਣਾ ਕੰਮ ਸ਼ੁਰੂ ਕਰ ਲੈਂਦੀ ਹੈ ਤਾਂ ਅਸੀਂ ਉਸ ਨੂੰ ਉਸਦੀ ਜਿਹੜੀ ਮੰਡੀਕਰਨ ਦੇ ਵਿੱਚ ਉਸ ਕਿੱਤੇ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਵੀ ਉਸਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਾਂ। ਸਾਡੇ ਜਿਹੜੇ ਕੋਰਸ ਇੱਥੇ ਕਿੱਤਾ ਮੁਖੀ ਸਿਖਲਾਈ ਕੋਰਸ ਲਗਾਏ ਜਾਂਦੇ ਨੇ ਉਹਨਾਂ ਦਾ 7 ਦਿਨ ਜਾਂ ਉਸ ਤੋਂ ਵੱਧ ਦਾ ਜਿਹੜਾ ਵੀ ਕੋਰਸ ਇੱਥੇ ਲਗਾਇਆ ਜਾਂਦਾ ਤਾਂ ਉਸ ਕੋਰਸ ਦਾ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਮਾਣਿਤ ਸਰਟੀਫਿਕੇਟ ਦਿੰਦੇ ਹਾਂ ਅਤੇ ਉਸ ਸਰਟੀਫਿਕੇਟ ਨੂੰ ਦਿਖਾ ਕੇ ਕਿਸੇ ਵੀ ਮਾਨਤਾ ਪ੍ਰਾਪਤ ਬੈਂਕ ਕੋਲੋਂ ਔਰਤਾਂ ਕਰਜ਼ਾ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਨੇ। ਸੋ ਇਸ ਤੋਂ ਇਲਾਵਾ ਜਦੋਂ ਉਹ ਆਪਣਾ ਕੰਮ ਸ਼ੁਰੂ ਵੀ ਕਰ ਲੈਂਦੀਆਂ ਨੇ ਤਾਂ ਉਦੋਂ ਬਾਅਦ ਉਹਨਾਂ ਦੇ ਤਿਆਰ ਕੀਤੇ ਹੋਏ ਉਤਪਾਦ ਦੀ ਮਸ਼ਹੂਰੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਹਾੜੀ ਅਤੇ ਸਾਉਣੀ ਮੇਲੇ ਲਾਏ ਜਾਂਦੇ ਨੇ ਅਤੇ ਉਹਨਾਂ ਮੇਲਿਆਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਉੱਦਮੀ ਔਰਤਾਂ ਨੇ ਉਹਨਾਂ ਲਈ ਇੱਕ ਸਪੈਸ਼ਲ ਸਟਾਲ ਮੁਹੱਈਆ ਕਰਵਾਇਆ ਜਾਂਦਾ ਹੈ ਕਿ ਜਿੱਥੇ ਉਹਨਾਂ ਨੂੰ ਜਗ੍ਹਾ ਮੁਹੱਈਆ ਕਰਵਾਈ ਜਾਂਦੀ ਹੈ ਜਿੱਥੇ ਕਿ ਉਹ ਆਪਣੇ ਉਤਪਾਦ ਦੀ ਮਸ਼ਹੂਰੀ ਕਰ ਸਕਦੀਆਂ ਨੇ, ਸੇਲ ਕਰ ਸਕਦੀਆਂ ਨੇ ਅਤੇ ਉੱਥੇ ਆਪਣਾ ਜਿਹੜਾ ਖੇਤਰ ਹੈ ਉਹਨਾਂ ਦਾ ਹੋਰ ਵਿਸ਼ਾਲ ਹੁੰਦਾ ਹੈ। ਸੋ ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੀ ਜਦੋਂ ਵੀ ਕੋਈ ਜ਼ਿਲ੍ਹਾ ਪੱਧਰੀ ਕੈਂਪ, ਕਿਸਾਨ ਮੇਲੇ ਜਾਂ ਖੇਤ ਦਿਵਸ ਹਰ ਤਰ੍ਹਾਂ ਦੀ ਜਿੱਥੇ ਵੀ ਲਾਏ ਜਾਂਦੇ ਨੇ ਉੱਥੇ ਵੀ ਅਸੀਂ ਇਹਨਾਂ ਔਰਤਾਂ ਨੂੰ ਹਮੇਸ਼ਾ ਪ੍ਰਦਰਸ਼ਨੀ ਲਗਾਉਣ ਲਈ ਉਤਸ਼ਾਹਿਤ ਕਰਦੇ ਹਾਂ। ਹੁਣ ਤੁਸੀਂ ਇਹ ਦੱਸੋ ਕਿ ਕੀ ਇਹ ਔਰਤਾਂ ਇਕੱਲੀਆਂ ਇਕੱਲੀਆਂ ਕੰਮ ਕਰ ਸਕਦੀਆਂ ਜਾਂ ਇਹ ਕੋਈ ਗਰੁੱਪ ਵੀ ਬਣਾ ਸਕਦੀਆਂ? ਸਰਕਾਰ ਵੱਲੋਂ ਹਮੇਸ਼ਾ ਹੀ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਸਵੈ ਸਹਾਇਤਾ ਗਰੁੱਪ ਜਿਹੜਾ ਕਿ ਪਹਿਲਾਂ ਸਾਊਥ ਦੇ ਵਿੱਚ ਮਾਡਲ ਬਹੁਤ ਕਾਮਯਾਬ ਹੋਇਆ ਸੀ, ਸੋ ਉਹ ਪੰਜਾਬ ਸਰਕਾਰ ਵੱਲੋਂ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਇਹ ਸਵੈ ਸਹਾਇਤਾ ਗਰੁੱਪਾਂ ਨੂੰ ਜਿਹੜੀ ਆਰਥਿਕ ਸਹਾਇਤਾ ਵੀ ਬੈਂਕਾਂ ਵੱਲੋਂ ਦਿੱਤੀ ਜਾਂਦੀ ਹੈ ਕਿ ਔਰਤਾਂ ਜੇਕਰ ਕਿਉਂਕਿ ਆਪਣਾ ਸਮਾਜਿਕ ਤਾਣਾ ਬਾਣਾ ਇਸ ਤਰ੍ਹਾਂ ਦਾ ਕਿ ਇਕੱਲੀ ਔਰਤ ਦਾ ਜਿਹੜਾ ਬਾਹਰ ਜਾਣਾ ਆਉਣਾ ਕੰਮ ਕਰਨਾ ਥੋੜ੍ਹਾ ਜਿਹਾ ਮੁਸ਼ਕਲ ਲੱਗਦਾ ਉਹਨਾਂ ਨੂੰ, ਸੋ ਜੇ ਉਹ ਗਰੁੱਪ ਬਣਾ ਕੇ ਇਕੱਠੀਆਂ ਹੋ ਕੇ ਕੰਮ ਕਰਦੀਆਂ ਨੇ ਤਾਂ ਉਹ ਕੰਮ ਦੇ ਸਫਲ ਹੋਣ ਦੇ ਉਸਦੇ ਚਾਂਸ ਜ਼ਿਆਦਾ ਨੇ। ਅਤੇ ਸੋ ਸਵੈ ਸਹਾਇਤਾ ਗਰੁੱਪ ਬਣਾ ਕੇ ਔਰਤਾਂ ਆਪਣਾ ਕੋਈ ਵੀ ਕਿੱਤਾ ਜਿਹੜਾ ਉਹ ਸ਼ੁਰੂ ਕਰ ਸਕਦੀਆਂ ਨੇ ਅਤੇ ਆਰਥਿਕ ਸਹਾਇਤਾ ਉਹਨਾਂ ਨੂੰ ਸਰਕਾਰ ਵੱਲੋਂ ਮਿਲਦੀ ਹੈ। ਅਤੇ ਜਿੱਥੋਂ ਤੱਕ ਸਿਖਲਾਈ ਦਾ ਸਵਾਲ ਹੈ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਉਹ ਹਰ ਤਰ੍ਹਾਂ ਦੀ ਸਿਖਲਾਈ ਲੈ ਸਕਦੇ ਨੇ। ਗਰੁੱਪ ਬਣਾਉਣ ਦਾ ਬਹੁਤ ਹੀ ਫਾਇਦਾ ਹੁੰਦਾ ਜਿਵੇਂ ਤੁਸੀਂ ਦੱਸਿਆ ਕਿ ਇਕੱਲੀ ਬੀਬੀ ਬਾਹਰ ਨਹੀਂ ਉਹਦੇ ਜਾਣਾ ਮੁਸ਼ਕਲ ਹੋ ਜਾਂਦਾ ਜੋ ਆਪਣਾ ਸਮਾਜਿਕ ਤਾਣਾ ਬਾਣਾ ਉਹਦੇ ਹਿਸਾਬ ਨਾਲ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਗਰੁੱਪਾਂ ਦੀ ਗੱਲ ਆਪਾਂ ਬਹੁਤ ਸਮੇਂ ਤੋਂ ਕਰ ਰਹੇ ਹਾਂ ਕਿ ਕੀ ਕਾਰਨ ਆ ਕਿ ਸਾਊਥ ਦੇ ਵਿੱਚ ਇਹ ਗਰੁੱਪ ਬਹੁਤ ਜ਼ਿਆਦਾ ਕਾਮਯਾਬ ਨੇ ਪਰ ਆਪਣੇ ਪੰਜਾਬ ਦੇ ਵਿੱਚ ਇਹ ਬਹੁਤੇ ਕਾਮਯਾਬ ਨਹੀਂ ਹੋਏ, ਕੀ ਕਾਰਨ ਬਣੇ ਕਿ ਇਹਨਾਂ ਦੀ ਨਾ ਕਾਮਯਾਬੀ ਦੇ? ਸਵੈ ਸਹਾਇਤਾ ਗਰੁੱਪ ਇੱਕ ਬਹੁਤ ਹੀ ਵਧੀਆ ਅਪਰੋਚ ਸੀਗੀ ਜਿਹਦੇ ਨਾਲ ਕਿ ਅਸੀਂ ਜਿਹੜੇ ਪੇਂਡੂ ਔਰਤਾਂ ਦਾ ਜੀਵਨ ਪੱਧਰ ਹੈ ਉਹ ਉੱਚਾ ਕਰ ਸਕਦੇ ਹਾਂ। ਸੋ ਇੱਥੇ ਕੋਈ ਇਸ ਤਰ੍ਹਾਂ ਦੀ ਆਪਾਂ ਜੇ ਕਹੀਏ ਕਿ ਆਰਥਿਕ ਸਹਾਇਤਾ ਦੀ ਕਮੀ ਨਹੀਂ ਰਹੀ ਸਰਕਾਰ ਵੱਲੋਂ। ਗਰੁੱਪ ਜੇ ਤੁਸੀਂ ਕਾਗਜ਼ਾਂ ਦੇ ਵਿੱਚ ਦੇਖੋਗੇ ਤਾਂ ਬਹੁਤ ਸਾਰੇ ਗਰੁੱਪ ਬਣੇ ਹੋਏ ਨੇ ਅਤੇ ਉਹਨਾਂ ਵੱਲੋਂ ਉਹਨਾਂ ਨੂੰ ਲੋਨ ਵੀ ਮੁਹੱਈਆ ਕਰਵਾਏ ਗਏ ਨੇ। ਪਰ ਜੇਕਰ ਜੇ ਅਸੀਂ ਮੈਨੂੰ ਅੱਜ ਇੱਥੇ ਮੈਂ ਬੈਠੀ ਹਾਂ ਪਰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਮਹਿਸੂਸ ਹੋ ਰਹੀ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਤਾਂ ਅਸਲ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਗਰੁੱਪ ਜਿਹੜੇ ਆ ਉਹ ਬਹੁਤ ਘੱਟ ਕੰਮ ਕਰ ਰਹੇ ਨੇ। ਉਸ ਦਾ ਕਾਰਨ ਇਹੀ ਹੈ ਕਿ ਅਸੀਂ ਜਿਹੜੇ ਪੇਂਡੂ ਪਰਿਵਾਰ ਨੇ ਸਾਡੇ, ਅੱਜ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੀ ਕਿ ਅਸੀਂ ਜਦੋਂ ਕਰਜ਼ਾ ਲੈਂਦੇ ਹਾਂ ਤਾਂ ਉਹ ਕਰਜ਼ਾ ਜਿਹੜੇ ਕੰਮ ਲਈ ਲੈਂਦੇ ਹਾਂ ਉਸ ਨੂੰ ਉਸ ਕੰਮ ਲਈ ਵਰਤਿਆ ਜਾਵੇ, ਕਿਉਂਕਿ ਸਰਕਾਰ ਤੁਹਾਨੂੰ ਪੈਸੇ ਦਿੰਦੀ ਹੈ ਕਿ ਤੁਸੀਂ ਉਸ ਪੈਸੇ ਦੇ ਨਾਲ ਕੋਈ ਨਾ ਕੋਈ ਆਪਣਾ ਕਿੱਤਾ ਸ਼ੁਰੂ ਕਰਕੇ ਅਤੇ ਉਹਦੇ ਨਾਲ ਹੋਰ ਪੈਸਾ ਕਮਾਓ।
ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਪੈਸਾ ਲੈ ਲੈਂਦੇ ਹਾਂ ਪਰ ਘਰ ਜਾ ਕੇ ਜਾਂ ਤਾਂ ਉਹ ਕਿਸੇ ਵਿਆਹ ਸ਼ਾਦੀ 'ਤੇ ਖਰਚ ਦਿੰਦੇ ਹਾਂ ਜਾਂ ਕੋਈ ਹੋਰ ਮੋਟਰਸਾਈਕਲ ਨਵਾਂ ਕਢਾ ਲੈਂਦੇ ਹਾਂ ਜਾਂ ਕੁਛ ਵੀ ਆ ਅਤੇ ਜਦੋਂ ਕੋਈ ਟੀਮ ਉੱਥੇ ਦੇਖਣ ਲਈ ਆਉਂਦੀ ਹੈ ਤਾਂ ਅਸੀਂ ਕਿਸੇ ਗੁਆਂਢੀ ਦੀ ਮੱਝ ਫੜ ਕੇ ਦਿਖਾ ਦਿੰਦੇ ਹਾਂ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ ਅਤੇ ਨਤੀਜਾ ਇਹ ਹੁੰਦਾ ਕਿ ਜਦੋਂ ਉਹ ਕਰਜ਼ਾ ਵਾਪਸ ਕਰਨ ਦਾ ਸਮਾਂ ਆਉਂਦਾ ਤਾਂ ਸਾਡੇ ਕੋਲ ਕੋਈ ਵੀ ਕਿੱਤਾ ਨਹੀਂ ਹੁੰਦਾ, ਕੋਈ ਵੀ ਆਮਦਨ ਦਾ ਜ਼ਰੀਆ ਨਹੀਂ ਹੁੰਦਾ, ਫਿਰ ਅਸੀਂ ਕਿਸੇ ਹੋਰ ਪਾਸਿਓਂ ਪੈਸੇ ਫੜ ਕੇ ਉਹ ਕਰਜ਼ਾ ਵਾਪਸ ਕਰਦੇ ਹਾਂ ਤਾਂ ਨਤੀਜਾ ਇਹ ਹੈ ਕਿ ਪ੍ਰਣਾਲਾ ਸਾਡੀ ਸਥਿਤੀ ਜਿਹੜੀ ਆ ਉੱਥੇ ਦੀ ਉੱਥੇ ਹੀ ਰਹਿੰਦੀ ਹੈ। ਸੋ ਸਭ ਤੋਂ ਵੱਡੀ ਚੀਜ਼ ਇਹੀ ਹੈ ਕਿ ਜਦੋਂ ਅਸੀਂ ਸਰਕਾਰ ਤੋਂ ਕਰਜ਼ਾ ਲੈਂਦੇ ਹਾਂ ਤਾਂ ਜਿਹੜੇ ਕੰਮ ਲਈ ਲੈਂਦੇ ਹਾਂ, ਜਿਹੜਾ ਕਿੱਤਾ ਸ਼ੁਰੂ ਕਰਨ ਲਈ ਲੈਂਦੇ ਹਾਂ, ਉਸ ਨੂੰ ਉਸ ਕਿੱਤੇ ਦੇ ਵਿੱਚ ਵਰਤੋ ਅਤੇ ਤਾਂ ਹੀ ਤੁਸੀਂ ਸਫਲ ਹੋ ਸਕਦੇ ਹੋ। ਨੰਬਰ 2 ਤੇ ਇਹ ਹੁੰਦਾ ਕਿ ਜਦੋਂ ਅਸੀਂ ਇੰਨੇ ਜਣੇ ਸਾਰੇ ਰਲ ਕੇ ਕੰਮ ਕਰਦੇ ਹਾਂ ਤਾਂ ਇਸ ਲਈ ਤੁਹਾਨੂੰ 10 ਜਣੇ ਆ ਤਾਂ ਉਸ ਲਈ ਤੁਹਾਨੂੰ ਪ੍ਰੇਮ, ਪਿਆਰ, ਮਿਲਾਪ ਇਹ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ। ਸੋ ਪੇਂਡੂ ਪਰਿਵਾਰਾਂ ਨੂੰ ਜਿਹੜਾ ਹੈ ਈਰਖਾ ਤੋਂ, ਲੜਾਈ ਝਗੜੇ ਤੋਂ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਪਊਗਾ, ਫਿਰ ਹੀ ਅਸੀਂ ਰਲ ਕੇ ਕੋਈ ਨਾ ਕੋਈ ਸਫਲਤਾ ਹਾਸਲ ਕਰ ਸਕਦੇ ਹਾਂ। ਫਿਰ ਦੂਜੀ ਗੱਲ ਇਹ ਆ ਜਾਂਦੀ ਹੈ ਕਿ ਕੋਈ ਵੀ ਕੰਮ ਹੈ ਉਹ ਰਾਤੋ ਰਾਤ ਸਾਨੂੰ ਮੁਨਾਫਾ ਨਹੀਂ ਦੇਣ ਲੱਗਦਾ। ਸਾਡੀ ਇੱਥੇ ਅਸੀਂ ਅਸਫਲ ਕਿਉਂ ਹੋਏ ਹਾਂ, ਕਿਉਂਕਿ ਜਦੋਂ ਤੱਕ ਕੋਈ ਪ੍ਰੋਜੈਕਟ ਉਸਨੂੰ ਜੇ ਅਸੀਂ ਉਹ ਮੁਨਾਫਾ ਦੇਣ ਲੱਗਦਾ ਹੈ ਉਸ ਤੋਂ ਪਹਿਲਾਂ ਹੀ ਉਸਨੂੰ ਬੰਦ ਕਰ ਦਿੰਦੇ ਹਾਂ। ਸੋ ਸਬਰ, ਸੰਤੋਖ ਅਤੇ ਮਿਹਨਤ ਇਹ 3 ਚੀਜ਼ਾਂ ਬਹੁਤ ਜ਼ਰੂਰੀ ਨੇ। ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਜ਼ਰੂਰ ਉਸ ਚੀਜ਼ ਦਾ ਫਲ ਮਿਲੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਅਸੀਂ ਕਾਮਯਾਬ ਹੋਵਾਂਗੇ। ਡਾਕਟਰ ਸਾਹਿਬ, ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਕਿਸੇ ਨਾਲ ਗੱਲਬਾਤ ਕਰਦੇ ਹਾਂ, ਇਹੀ ਗੱਲ ਸਾਹਮਣੇ ਆਉਂਦੀ ਆ ਕਿ ਉਹਨਾਂ ਨੂੰ ਮਾਰਕੀਟਿੰਗ ਦੀ, ਆਪਦੇ ਪ੍ਰੋਡਕਟ ਦੇ ਜਾਂ ਕੋਈ ਵੀ ਚੀਜ਼ ਆ ਉਹਦੀ ਮਾਰਕੀਟਿੰਗ ਦੀ ਬਹੁਤ ਸਮੱਸਿਆ ਆਉਂਦੀ ਆ। ਤੁਸੀਂ ਸਾਡੀਆਂ ਬੀਬੀਆਂ ਨੂੰ ਟਿਪਸ ਦਿਓ ਕਿ ਕਿਵੇਂ ਉਹ ਵਧੀਆ ਮਾਰਕੀਟਿੰਗ ਕਰਕੇ ਆਪਦਾ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ। ਬਿਲਕੁਲ, ਇਹ ਸਮੱਸਿਆ ਮੈਂ ਅਰਸ਼ਦੀਪ ਜੀ ਤੁਹਾਡੇ ਨਾਲ ਸਹਿਮਤ ਹਾਂ ਕਿ ਅਕਸਰ ਸਾਡੇ ਜਿਹੜੇ ਕਿੱਤਾਕਾਰ ਨੇ ਉਹ ਕੰਮ ਸ਼ੁਰੂ ਕਰ ਲੈਂਦੇ ਨੇ, ਬਹੁਤ ਮਿਹਨਤ ਵੀ ਕਰਦੇ ਨੇ, ਪਰ ਜਦੋਂ ਉਸ ਉਤਪਾਦ ਦੇ ਮੰਡੀਕਰਨ ਦਾ ਸਮਾਂ ਆਉਂਦਾ ਤਾਂ ਉੱਥੇ ਉਹ ਫੇਲ ਹੋ ਜਾਂਦੇ ਨੇ, ਜਾਂ ਫਿਰ ਜਿਹੜਾ ਮਿਡਲ ਮੈਨ ਹੈ ਉਹ ਮੁਨਾਫਾ ਜ਼ਿਆਦਾ ਲੈ ਜਾਂਦਾ ਅਤੇ ਜਿਹੜਾ ਅਸਲ ਦੇ ਵਿੱਚ ਉਸ ਉਤਪਾਦ ਨੂੰ ਬਣਾ ਰਿਹਾ ਹੁੰਦਾ ਉਹਦੇ ਕੋਲ ਮੁਨਾਫਾ ਬਹੁਤ ਘੱਟ ਆਉਂਦਾ। ਸੋ ਇਹਦੇ ਲਈ ਵੀ ਸਰਕਾਰ ਵੱਲੋਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ, ਜਿਵੇਂ ਕਿ ਪੰਜਾਬ ਖੇਤੀਬਾੜੀ ਮਹਿਕਮਾ ਹੈ ਉਹਨਾਂ ਵੱਲੋਂ ਆਤਮਾ ਕਿਸਾਨ ਬਾਜ਼ਾਰ ਲਗਾਇਆ ਜਾਂਦਾ ਹੈ ਅਤੇ ਇੱਥੋਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੀ ਅਸੀਂ ਵੱਖ ਵੱਖ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੇਲਿਆਂ 'ਤੇ ਵੀ ਜਾਂ ਹੋਰ ਜਿੰਨੇ ਵੀ ਪ੍ਰੋਗਰਾਮ ਹੈ ਉਹਨਾਂ 'ਤੇ ਵੀ ਅਸੀਂ ਸਟਾਲ ਇਹਨਾਂ ਨੂੰ ਮੁਹੱਈਆ ਕਰਵਾਉਂਦੇ ਹਾਂ। ਸੋ ਉੱਥੇ ਇਹ ਆਪਣੇ ਉਤਪਾਦ ਦੀ ਵਿਕਰੀ ਕਰ ਸਕਦੇ ਨੇ। ਇਸ ਤੋਂ ਇਲਾਵਾ ਅੱਜ ਕੱਲ੍ਹ ਟੈਕਨੋਲੋਜੀ ਦਾ ਯੁੱਗ ਹੈ, ਇੰਟਰਨੈੱਟ ਦਾ ਯੁੱਗ ਹੈ, ਹੈ ਨਾ, ਸਾਰਿਆਂ ਦੇ ਕੋਲ ਮੇਰੇ ਖਿਆਲ ਦੇ ਵਿੱਚ ਫੋਨ ਹੈਗੇ ਆ। ਸੋ ਵਟਸਐਪ, ਫੇਸਬੁੱਕ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਆਪਣੇ ਕਿੱਤੇ ਦੀ ਵਧਾਉਣ ਵਾਸਤੇ ਵੀ ਵਰਤ ਸਕਦੇ ਹਾਂ। ਬਹੁਤ ਸਾਰੇ ਇਹੋ ਜਿਹੇ ਉੱਦਮੀ ਨੌਜਵਾਨ ਨੇ, ਉੱਦਮੀ ਬੀਬੀਆਂ ਨੇ ਜਿਹੜੇ ਕਿ ਆਪਣੇ ਉਤਪਾਦਾਂ ਦੀ ਵਿਕਰੀ ਇੰਟਰਨੈੱਟ ਰਾਹੀਂ ਕਰ ਰਹੇ ਨੇ। ਬਹੁਤ ਸਾਰੀਆਂ ਸਾਈਟਾਂ ਨੇ ਇੰਟਰਨੈੱਟ 'ਤੇ ਜਿੱਥੇ ਕਿ ਤੁਸੀਂ ਆਪਣੇ ਉਤਪਾਦ ਬਾਰੇ ਜਾਣਕਾਰੀ ਦੇ ਸਕਦੇ ਹੋ ਅਤੇ ਤੁਹਾਨੂੰ ਔਨਲਾਈਨ ਵਧੀਆ ਮੁੱਲ ਵੀ ਮਿਲਦਾ ਅਤੇ ਜਿਹੜਾ ਤੁਹਾਡਾ ਮਿਡਲ ਮੈਨ ਵਾਲਾ ਪ੍ਰੋਫਿਟ ਹੈ ਉਹ ਵੀ ਤੁਹਾਡੀ ਜੇਬ ਦੇ ਵਿੱਚ ਆਉਂਦਾ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਜੇ, ਮੈਨੂੰ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਵਟਸਐਪ ਦੀ, ਫੇਸਬੁੱਕ ਦੀ ਇਹਨਾਂ ਦੀ ਦੁਰਵਰਤੋਂ ਕਰਨ ਦੀ ਬਜਾਏ ਜੇਕਰ ਅਸੀਂ ਇਸ ਦੀ ਸਹਿਯੋਗ ਵਰਤੋਂ ਕਰੀਏ ਤਾਂ ਅਸੀਂ ਇਸ ਨੂੰ ਆਪਣੇ ਜਿਹੜਾ ਕਿੱਤਾ ਹੈ ਉਸ ਦੀ ਪ੍ਰਫੁੱਲਤਾ ਵਾਸਤੇ ਵੀ ਅਸੀਂ ਬਹੁਤ ਵਧੀਆ ਢੰਗ ਦੇ ਨਾਲ ਵਰਤ ਸਕਦੇ ਹਾਂ। ਅਸੀਂ ਇਹਨਾਂ ਦੇ ਵਿੱਚ ਇਹ ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦੇ ਕੇ ਅਤੇ ਲੋਕਾਂ ਨੂੰ ਦੱਸ ਸਕਦੇ ਹਾਂ ਅਤੇ ਆਪਣਾ ਘੇਰਾ ਹੋਰ ਵਿਸ਼ਾਲ ਕਰ ਸਕਦੇ ਹਾਂ, ਆਪਣੇ ਉਤਪਾਦ ਦੀ ਮਸ਼ਹੂਰੀ ਕਰ ਸਕਦੇ ਹਾਂ। ਬਿਲਕੁਲ ਸਹੀ ਕਿਹਾ ਡਾਕਟਰ ਪਰਮਿੰਦਰ ਜੀ ਨੇ। ਹੁਣ ਡਾਕਟਰ ਸਾਹਿਬ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਸਾਰੀਆਂ ਗੱਲਾਂ ਕਰ ਲਈਆਂ ਸਹਾਇਕ ਕਿੱਤਿਆਂ ਦੇ ਸੰਬੰਧ ਦੇ ਵਿੱਚ, ਸਵੈ ਸਹਾਇਤਾ ਗਰੁੱਪ ਬਣਾਉਣ ਦੇ ਵਿੱਚ, ਮਾਰਕੀਟਿੰਗ ਕਰਨ ਦੇ ਵਿੱਚ। ਇਸ ਤੋਂ ਇਲਾਵਾ ਜੇ ਤੁਹਾਨੂੰ ਕੁਛ ਲੱਗਦਾ ਕਿ ਜਿਹੜੇ ਬੀਬੀਆਂ ਨੂੰ ਜਿਹੜੀ ਕੋਈ ਤੁਸੀਂ ਸਲਾਹ ਦੇਣੀ ਆ, ਤੁਹਾਨੂੰ ਲੱਗਦਾ ਕੋਈ ਜ਼ਰੂਰੀ ਸਲਾਹ ਆ, ਤੁਸੀਂ ਸਾਡੀਆਂ ਬੀਬੀਆਂ ਨਾਲ ਉਹ ਸਾਂਝੀ ਕਰ ਸਕਦੇ ਹੋ। ਹਾਂਜੀ ਬਿਲਕੁਲ, ਜਦੋਂ ਵੀ ਅਸੀਂ ਅਕਸਰ ਪਿੰਡਾਂ ਦੇ ਵਿੱਚ ਜਾਂਦੇ ਹਾਂ ਅਤੇ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਕਿ ਸਹਾਇਕ ਕਿੱਤਿਆਂ ਦੀ ਲੋੜ ਹੈ ਤਾਂ ਔਰਤਾਂ ਅਕਸਰ ਸਾਨੂੰ ਇਹ ਕਹਿੰਦੀਆਂ ਬਈ ਸਾਡਾ ਸਾਨੂੰ ਲੋੜ ਨਹੀਂ, ਸਾਡੀ ਆਈ ਚਲਾਈ ਬਹੁਤ ਸੋਹਣੀ ਚੱਲਦੀ ਹੈ, ਹੈ ਨਾ, ਸਾਨੂੰ ਜ਼ਰੂਰਤ ਨਹੀਂ ਹੈ। ਪਰ ਮੈਂ ਅੱਜ ਇੱਥੇ ਔਰਤਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਆਈ ਚਲਾਈ ਵਾਲਾ ਪਰਿਵਾਰ ਕੋਈ ਬਹੁਤਾ ਵਧੀਆ ਪਰਿਵਾਰ ਨਹੀਂ ਹੁੰਦਾ।
ਰੱਬ ਨਾ ਕਰੇ ਤੁਹਾਡੇ ਘਰ ਦੇ ਵਿੱਚ ਜਿਹੜਾ ਇੱਕ ਕਮਾਉਣ ਵਾਲਾ ਜੀ ਆ ਉਸਨੂੰ ਕੋਈ ਸਿਹਤ ਸਮੱਸਿਆ ਆ ਜਾਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਾਵੇ ਤਾਂ ਤੁਹਾਡੇ ਕੋਲ ਬੱਚਤ ਕੀਤਾ ਹੋਇਆ ਪੈਸਾ ਜ਼ਰੂਰ ਚਾਹੀਦਾ। ਸੋ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਸਾਡੀਆਂ ਲੋੜਾਂ ਕਈ ਵਾਰੀ ਪੂਰੀਆਂ ਹੋ ਜਾਂਦੀਆਂ ਪਰ ਅਸੀਂ ਕੋਈ ਖਾਹਿਸ਼ਾਂ ਪਾਲੀਆਂ ਹੁੰਦੀਆਂ ਨੇ। ਉਦਾਹਰਣ ਦੇ ਤੌਰ 'ਤੇ ਜਿਵੇਂ ਕਿਸੇ ਔਰਤ ਦੇ ਮਨ ਦੇ ਵਿੱਚ ਹੈ ਕਿ ਮੈਂ ਆਪਣਾ ਬੱਚਾ ਉਸ ਸਕੂਲ ਦੇ ਵਿੱਚ ਪੜ੍ਹਾਉਣਾ ਚਾਹੁੰਦੀ ਹਾਂ ਜਾਂ ਹੋਰ ਬਹੁਤ ਸਾਰੀਆਂ। ਸੋ ਜੇਕਰ ਤੁਸੀਂ ਇਸ ਆਮਦਨ ਵਧਾਊ ਕਿੱਤਿਆਂ ਵਾਲੇ ਪਾਸੇ ਆਉਂਦੇ ਹੋ ਤਾਂ ਤੁਸੀਂ ਸਿਰਫ ਆਪਣੀਆਂ ਲੋੜਾਂ ਨਹੀਂ ਆਪਣੀਆਂ ਖਾਹਿਸ਼ਾਂ ਵੀ ਪੂਰੀਆਂ ਕਰ ਸਕਦੇ ਹੋ ਅਤੇ ਆਪਣੇ ਪਰਿਵਾਰ ਨੂੰ ਆਰਥਿਕ ਮਜ਼ਬੂਤੀ ਵੀ ਦੇ ਸਕਦੇ ਹੋ। ਸੋ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹੋ ਜਿਹੀਆਂ ਉੱਦਮੀ ਔਰਤਾਂ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੀਆਂ ਨੇ ਉਹਨਾਂ ਦੀ ਮਦਦ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਨਹੀਂ ਸਗੋਂ ਵਚਨਬੱਧ ਵੀ ਹੈ। ਇਹ ਸਨ ਡਾਕਟਰ ਪਰਮਿੰਦਰ ਕੌਰ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵਿਖੇ ਆਪਣੀ ਸੇਵਾ ਨਿਭਾ ਰਹੇ ਨੇ। ਇਹਨਾਂ ਨੇ ਆਪਣੇ ਟ੍ਰੇਨਿੰਗਾਂ ਰਾਹੀਂ ਅਤੇ ਹੋਰ ਲੈਕਚਰਾਂ ਰਾਹੀਂ ਹਮੇਸ਼ਾ ਹੀ ਪੇਂਡੂ ਔਰਤਾਂ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਵਾਸਤੇ ਇਹ ਯਤਨਸ਼ੀਲ ਨੇ। ਇਹਨਾਂ ਨੇ ਸਾਨੂੰ ਅੱਜ ਵੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਕਿ ਕਿਵੇਂ ਅਸੀਂ ਸਹਾਇਕ ਕਿੱਤਿਆਂ ਨੂੰ ਅਪਣਾ ਕੇ ਜਿਹੜੀਆਂ ਪੇਂਡੂ ਬੀਬੀਆਂ ਨੇ ਉਹਨਾਂ ਤੋਂ ਵੱਧ ਲਾਹਾ ਖੱਟ ਸਕਦੀਆਂ ਨੇ, ਆਪਦੀ ਆਮਦਨ ਦੇ ਵਿੱਚ ਵਾਧਾ ਕਰ ਸਕਦੀਆਂ ਨੇ ਅਤੇ ਉਹਨਾਂ ਨੂੰ ਜੇਕਰ ਉਹ ਗਰੁੱਪ ਮਿਲ ਕੇ ਗਰੁੱਪਾਂ ਦੇ ਵਿੱਚ ਜਿਵੇਂ ਸਵੈ ਸਹਾਇਤਾ ਗਰੁੱਪ ਬਣਾ ਕੇ ਇਹਨਾਂ ਕਿੱਤਿਆਂ ਨੂੰ ਅਪਣਾਉਣ ਤਾਂ ਇਹਨਾਂ ਦੀ ਜਿਹੜਾ ਆਮਦਨ ਆ ਉਹ ਹੋਰ ਵੀ ਵਧੀਆ ਹੋ ਸਕਦੀ ਆ, ਜਿਹੜਾ ਇਹਨਾਂ ਦਾ ਲਾਭ ਆ ਹੋਰ ਵੀ ਚੰਗਾ ਹੋ ਸਕਦਾ। ਇਹਨਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਇਹਦੇ ਨਾਲ ਨਾਲ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਅਸੀਂ ਜਿਹੜੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਤਕਨੀਕਾਂ ਆ, ਟੈਕਨੋਲੋਜੀ ਆ, ਮੋਬਾਈਲਾਂ ਦੀ ਹੋ ਗਈ, ਵਟਸਐਪ ਹੋ ਗਿਆ, ਫੇਸਬੁੱਕ ਹੋ ਗਿਆ, ਇਹਨਾਂ ਰਾਹੀਂ ਅਸੀਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਦੇ ਵਿੱਚ ਇਹਨਾਂ ਨੂੰ ਵਰਤ ਕੇ ਆਪਾਂ ਆਪਦਾ ਜਿਹੜਾ ਮੁਨਾਫਾ ਆ ਉਹਨੂੰ ਵਧਾ ਸਕਦੇ ਹਾਂ। ਅਤੇ ਇਹਨਾਂ ਸਭ ਸਲਾਹਾਂ ਵਾਸਤੇ, ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ।